ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਜੀ ਬਿਖ ਅੰਮ੍ਰਿਤ ਕਰਤਾਰ ਉਪਾਇ ਸੰਸਾਰ ਬਿਰਖ ਕੋ ਦੋ ਫਲ ਲਾਇ ਬਿਖ ਅੰਮ੍ਰਿਤ ਕਰਤਾਰ ਉਪਾਇ ਸੰਸਾਰ ਬਿਰਖ ਕੋ ਦੋ ਫਲ ਲਾਇ ਮਾਇਆ ਕਰਤੇ ਆਪੇ ਲਾਇ ਇਹੋ ਹੁਕਮ ਕਰ ਸ੍ਰੇਸ਼ਟ ਉਪਾਇ ਮਾਇਆ ਹੋਈ ਨਾਗਨੀ ਜਗਤ ਰਹੀ ਲਪਟਾਇ ਜੋ ਇਸਕੀ ਸੇਵਾ ਕਰੇ ਇਸ ਹੀ ਕੋ ਇਹ ਖਾਇ ਇੱਕ ਪੱਤਰ ਪਰ ਉਰਕਟ ਉਰਕਟ ਇੱਕ ਪੱਤਰ ਪਰ ਪਾਣੀ ਆਸ ਪਾਸ ਪੰਚ ਜੋਗੀਆਂ ਬੈਠੇ ਬੀਚ ਨਕਟ ਦੇ ਰਾਣੀ ਆਸ ਪਾਸ ਪੰਚ ਜੋਗੀਆਂ ਬੈਠੇ ਬੀਚ ਨਕਟ ਦੇ ਰਾਣੀ ਠਣ ਗਣ ਵਾਢਾ ਜੋ ਨਕਟੀ ਕੋ ਠਣ ਗਣ ਵਾਢਾ ਜੋ ਮਾਰ ਮਾਰ ਸਰਪਨੀ ਨਿਰਮਲ ਜਲ ਪੈਠੀ 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 ਜਿਨ ਤ੍ਰਿਭਵਨ ਦਸੀਅਲ ਗੁਰ ਪ੍ਰਸਾਦ ਦੇਠੀ ਜਿਨ ਤ੍ਰਿਭਵਨ ਦਸੀਅਲ ਗੁਰ ਪ੍ਰਸਾਦ ਦੇਠੀ ਜਿਨ ਤ੍ਰਿਭਵਨ ਦਸੀਅਲ ਗੁਰ ਪ੍ਰਸਾਦ ਦੇਠੀ ਜਿਨ ਤ੍ਰਿਭਵਨ ਦਸੀ ਅਲੇ ਗੁਰ ਪ੍ਰਸਾਦ ਦੇਠੀ ਮਾਰ ਮਾਰ ਸਰਪਨੀ ਨਿਰਮਲ ਜਲ ਪੈਠੀ ਮਾਰ ਮਾਰ ਸਰਪਨੀ ਨਿਰਮਲ ਜਲ ਪੈਠੀ ਮਾਰ ਮਾਰ ਸਰਪਨੀ ਨਿਰਮਲ ਜਲ ਪੈਠੀ ਜਿਨ ਤ੍ਰਿਭਵਨ ਦਸੀਅਲ ਗੁਰ ਪ੍ਰਸਾਦ ਦੇਠੀ ਜਿਨ ਤ੍ਰਿਭਵਨ ਦਸੀਅਲ ਗੁਰ ਪ੍ਰਸਾਦ ਦੇਠੀ ਮਾਰ ਮਾਰ ਸਰਪਨੀ ਨਿਰਮਲ ਜਲ ਪੈਠੀ ਮਾਰ ਮਾਰ ਸਰਪਨੀ
निर्मल जल पैठी मार मार सर्पनी निर्मल जल पैठी जिन सेवान दशियल गुर प्रसाद दीठी जिन सेवान दशियल गुर प्रसाद दीठी जिन त्रिभवन दशियल गुर प्रसाद दीठी 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 कबीर साहब रहाओ दी तुक विच माया दी ताकत और माया दा विहार ये बयान करते हैं मार मार सरपनी निर्मल जल पैठी जिन त्रिभवन डसियले गुर प्रसाद दीठी शब्द आरंभ करते हैं कि सरपनी ते ऊपर नहीं बलिया जिन ब्रह्मा विष्ण महादेव छलिया कबीर साहब कहते हैं माया तो ज्यादा ताकतवर हो कोई ये गल समझ आ जाए तो फिर असी अपने जतना नाल माया को जित नहीं सकते क्योंकि रब तो दूसरी ताकत है माया सवाल उठा ये माया आई कितों महाराज कहते ने माया करते आपे लाई यो हुक्म कर सृष्टि उपाय करतार ने आप लाई जान बुझ के रचना रची ते नाल ही रचना दा आधार माया बना दिता काम क्रोध लोभ मोह अहंकार आस पास पंच जोगिया बैठे बीच नकट दे राणी ए नक कटी राणी है भैड़ी पर सारिया दी मां बड़ी ताकतवर है किन्नी ताकतवर है कबीर साहब कहंदे ने सरपनी ते ऊपर नहीं बलिया एदे तो वड्डा कोई बल नहीं तो ताकत नहीं सब तो ज्यादा ताकत किड्डी ताकतवर है जिन ब्रह्मा विष्ण महादेव छलिया इन्हें ते ब्रह्मा नू विष्णु नू महादेव शिव नू उन्हां नू भी छल लिया वो भी एदे अधीन एदे वस पै गए उन्हां नू भी अपना आसन हिलदा नजर आउंदा है जदों माया दे प्रभाव विच आउंदा ਤੇ ਅਖੀਰ ਜੇ ਤਰੇ ਤੇ ਉਹਦੀ ਕਿਰਪਾ ਨਾਲ ਤਰੇ ਆਪਣੀ ਸ਼ਕਤੀਆਂ ਨਾਲ ਆਪਣੇ ਉਦਮਾਂ ਨਾਲ ਆਪਣੀ ਤਪੱਸਿਆ ਨਾਲ ਆਪਣੇ ਹੱਠ ਨਾਲ ਨਹੀਂ ਤਰੇ ਤਰੇ ਪਰ ਤਰੇ ਉਹਦੀ ਕਿਰਪਾ ਮਾਇਆ ਨੇ ਉਹਨਾਂ ਨੂੰ ਵੀ ਛੱਲਿਆ ਜਦੋਂ ਤੱਕ ਦੇਵ ਰੂਪ ਚ ਰਹੇ ਦੇਵਤਾ ਰੂਪ ਚ ਰਹੇ ਮਾਇਆ ਇਹਨਾਂ ਨੂੰ ਛੱਲਦੀ ਰਹੀ ਠੱਗਦੀ ਰਹੀ और ये माया दे वस पए रहे जिदण तरे प्रभु दी कृपा नाल तरे बाणी कहंदी तरे पर माया ने इन्हां नूं विछलिया एडी ताकतवर लोकी उन्हां नूं पूजदे न रब करके पूजदे न सृष्टि दे रचनहार करके पूजदे न पालनहार करके पूजदे न पर महाराज कहंदे नहीं वो भी माया दे वस विच सी माया ने उन्हां नूं छलिया एडी ताकत पंजे दे पुत्र काम क्रोध लोभ मोह अहंकार ये पंजां दी राणी पर है नकटी भैड़ी पर लाई रब ने
ਜੇ ਰੱਬ ਨੇ ਲਾਈ ਹੈ ਤੇ ਇਹਦੇ ਤੋਂ ਬਚਣ ਦਾ ਤਰੀਕਾ ਵੀ ਰੱਬ ਕੋਲ ਹੀ ਹੈ, ਬੰਦੇ ਕੋਲ। ਕਬੀਰ ਸਾਹਿਬ ਕਹਿੰਦੇ ਨੇ ਤਰੀਕਾ ਕੀ ਹੈ, ਮਾਰ ਮਾਰ ਸਰਪਨੀ ਨਿਰਮਲ ਜਲ ਬੈਠੀ। ਮਾਰੋ ਮਾਰ ਕਰਦੀ ਹੈ, ਜਿੱਥੇ ਜਾਂਦੀ ਹੈ ਤਬਾਹੀ ਕਰ ਦਿੰਦੀ ਹੈ, ਵੱਡਿਆਂ ਵੱਡਿਆਂ ਨੂੰ ਇਹ ਜਿੱਤ ਲੈਂਦੀ। ਕੋਈ ਤਪੱਸਵੀ ਹੈ, ਕੋਈ ਦਾਨੀ ਹੈ, ਕੋਈ ਤੀਰਥ ਇਸ਼ਨਾਨੀ ਹੈ, ਕੋਈ ਪਾਠੀ ਹੈ, ਕੋਈ ਸੇਵਾ ਕਰਨ ਵਾਲਾ ਹੈ, ਕੋਈ ਤਨਹਾੜ ਹੈ, ਇਹ ਸਾਰਿਆਂ ਨੂੰ ਡਸੀ ਕਰਦੀ, ਸਾਰਿਆਂ 'ਤੇ ਇਹਦਾ ਰਾਜ ਚੱਲਦਾ। ਮਾਰੋ ਮਾਰ ਕਰਦੀ, ਜਿੱਥੇ ਜਾਂਦੀ ਹੈ ਉੱਥੇ ਆਪਣਾ ਪ੍ਰਤਾਪ, ਆਪਣੀ ਤਾਕਤ, ਆਪਣੇ ਬਲ ਦਾ ਪ੍ਰਗਟਾਵਾ ਕਰਦੀ ਹੈ ਤੇ ਆਪਣੇ ਬਲ ਨਾਲ ਇਹ ਸਾਰਿਆਂ ਨੂੰ ਆਪਣੇ ਵਸ ਵਿੱਚ ਕਰ ਲੈਂਦੀ ਹੈ। ਮਨੁੱਖ ਇਹਦੇ ਤੋਂ ਬਚਦਾ ਨਹੀਂ, ਕਿਉਂਕਿ ਇਹ ਲੁਭਾਵਣੀ ਬੜੀ ਹੈ, ਅਟਰੈਕਟਿਵ ਬੜੀ ਹੈ। ਮਹਾਰਾਜ ਜੀ ਇੱਥਾਂ ਬਾਣੀ 'ਚ ਫਰਮਾਨ ਕਰਦੇ ਨੇ, ਇਹ ਜੋ ਇਹ ਬਹੁ ਪ੍ਰਕਾਰ ਸੁੰਦਰ ਮੋਹਨ, ਜੋ ਇਹਦਾ ਅਰਥ ਹੁੰਦਾ ਠੱਗਣਾ, ਠੱਗਣੀ ਹੈ, ਚੀਟਰ ਹੈ, ਔਰ ਬੜਿਆਂ ਤਰੀਕਿਆਂ ਨਾਲ ਠੱਗਦੀ। ਇਹ ਜੋ ਇਹ ਬਹੁ ਪ੍ਰਕਾਰ ਸੁੰਦਰ ਮੋਹਣੀ, ਇਹ ਬੜੀ ਬਿਊਟੀਫੁਲ ਅਤੇ ਅਟਰੈਕਟਿਵ ਮੋਹਣ ਵਾਲੀ ਹੈ, ਬਿਵਿਚਿੰਗ ਹੈ। ਕਈ ਵਾਰ ਤਾਂ ਪਤਾ ਹੀ ਨਹੀਂ ਲੱਗਦਾ ਕਦੋਂ ਖਾ ਜਾਂਦੀ ਹੈ, ਕਈ ਵਾਰ ਪਤਾ ਲੱਗਦਿਆਂ ਲੱਗਦਿਆਂ ਖਾ ਜਾਂਦੀ। ਮਨੁੱਖ ਨੂੰ ਸਮਝ ਆ ਰਿਹਾ ਹੈ ਕਿ ਮੈਂ ਇਹਦੇ ਜਾਲ ਵਿੱਚ ਫਸ ਰਿਹਾ, ਪਰ ਇਹ ਇੰਨੀ ਅਟਰੈਕਟਿਵ ਅਤੇ ਤਾਕਤਵਰ ਹੈ, ਇਹ ਸਾਡੇ ਜਾਣਦਿਆਂ ਬੁੱਝਦਿਆਂ ਸਾਨੂੰ ਡੱਸ ਜਾਂਦੀ, ਸਾਨੂੰ ਆਪਣੇ ਵਸ ਵਿੱਚ ਕਰ ਲੈਂਦੀ। ਇਸ ਲਈ ਕਬੀਰ ਸਾਹਿਬ ਕਹਿੰਦੇ ਨੇ ਮਾਰ ਮਾਰ ਸਰਪਣੀ ਨਿਰਮਲ ਜਲ ਬੈਠੀ। ਪਰ ਇਹ ਟਿਕਦੀ ਕਿੱਥੇ, ਸ਼ਾਂਤ ਕਿੱਥੇ ਹੁੰਦੀ ਹੈ, ਇਹ ਵਸ ਵਿੱਚ ਕਿਹਦੇ ਆਉਂਦੀ ਹੈ? ਗੁਰਪ੍ਰਸਾਦ, ਗੁਰੂ ਕਿਰਪਾ ਕਰੇ ਤਾਂ ਇਹ ਬਖਸ਼ਿਆ ਹੋਇਆਂ ਦੀ ਸੰਗਤ ਵਿੱਚ ਠੰਡ ਪੈ ਜਾਂਦੀ ਹੈ, ਯਾਨੀ ਟਿਕਾਓ ਵਿੱਚ ਆ ਜਾਂਦੀ ਹੈ, ਇਹਦਾ ਤੜਫਣਾ ਮੁੱਕ ਜਾਂਦਾ ਹੈ, ਇਹਦੀ ਤਾਕਤ ਖਤਮ ਹੁੰਦੀ ਹੈ। ਪਰ ਗੁਰਪ੍ਰਸਾਦ, ਗੁਰੂ ਬਖਸ਼ਿਸ਼ ਕਰੇ ਤਾਂ ਨਿਰਮਲ ਜਲ ਬੈਠੀ। ਇਹ ਬਖਸ਼ਿਆ ਹੋਇਆਂ ਦੀ ਸੰਗਤ ਵਿੱਚ ਜਿੱਥੇ ਨਿਰਮਲੇ ਸੱਜਣ ਗੁਰਮੁਖ ਪਿਆਰੇ ਉਹਦੀ ਉਸਤਤੀ ਕਰਦੇ ਹਨ, ਉਹਨਾਂ ਦੀ ਸੰਗਤ ਵਿੱਚ ਗੁਰੂ ਦੀ ਕਿਰਪਾ ਦੁਆਰਾ ਇਹ ਸ਼ਾਂਤ ਹੋ ਜਾਂਦੀ। ਜਿਨ ਤ੍ਰਿਭਵਨ ਦਸੀਏਲੇ ਗੁਰਪ੍ਰਸਾਦ ਦੀਠੀ, ਗੁਰੂ ਦੀ ਕਿਰਪਾ ਨਾਲ ਇਹਦੀ ਅਸਲੀਅਤ ਪਤਾ ਲੱਗ ਜਾਂਦੀ ਹੈ, ਦਿਸ ਪੈਂਦੀ ਡੀਠੀ, ਇਹਦੀ ਅਸਲੀਅਤ ਦਿਸ ਪੈਂਦੀ ਹੈ ਵੀ ਹੈ ਤਾਂ ਇਹ ਕੁਝ ਨਹੀਂ, ਇਹ ਤਾਂ ਦਿਖਾਵਾ ਛਲਾਵਾ ਹੀ ਸੀ, ਇਹਦੇ ਕੋਲ ਹੈ ਕੁਝ ਨਹੀਂ। ਜੇ ਗੁਰੂ ਦੀ ਸ਼ਰਨ ਵਿੱਚ ਆ ਜਾਈਏ ਤੇ ਇਹ ਉੱਥੇ ਟਿਕ ਜਾਂਦੀ। ਇਸ ਲਈ ਮਹਾਰਾਜ ਬਾਣੀ 'ਚ ਫਰਮਾਨ ਕਰਦੇ ਹਨ ਕਿ ਕਾਮ ਕ੍ਰੋਧ ਲੋਭ ਝੂਠ ਨਿੰਦਾ ਇਹਨ ਤੇ ਆਪ ਛਡਾਓ, ਮੈਂ ਇਹਨਾਂ ਤੋਂ ਛੁਟਕਾਰਾ ਦਿੱਤਾ ਸੀ। ਕਿਉਂ ਛੁੱਟੋ ਕੈਸੇ ਤਰੋਂ ਭਵਜਲ ਨਿਧ ਭਾਰੀ, ਬੜੀ ਤਾਕਤਵਰ ਹੈ, ਡੁਬੋ ਦਿੰਦੀ ਹੈ, ਆਪਣੇ ਵੱਲ ਖਿੱਚ ਲੈਂਦੀ ਹੈ, ਇਹ ਆਪਣੇ ਵਸ ਵਿੱਚ ਕਰ ਲੈਂਦੀ ਹੈ, ਇਹ ਡੱਸ ਲੈਂਦੀ ਹੈ, ਖਾ ਜਾਂਦੀ ਹੈ, ਇਹਦੀ ਮਾਰੋ ਮਾਰ ਬਹੁਤ ਹੈ, ਤਾਕਤ ਬੜੀ ਹੈ। ਇਸ ਲਈ ਪ੍ਰਭੂ ਤੂੰ ਹੀ ਇਹਨੂੰ ਸਾਡੇ ਮਗਰ ਲਾਇਆ ਤੇ ਤੂੰ ਹੀ ਇਹਦੇ ਤੋਂ ਪਿੱਛਾ ਛਡਾਉਣਾ। ਕਾਮ ਕ੍ਰੋਧ ਲੋਭ ਝੂਠ ਨਿੰਦਾ ਇਨ ਤੇ ਆਪ ਛਡਾਓ, ਇਹ ਪੀਤਰ ਤੇ ਇਨਕੋ ਡਾਰੋ ਆਪਣ ਨਿਕਟ ਬੁਲਾਓ। ਮੇਰੇ ਅੰਦਰ ਰੱਬਾ ਤੂੰ ਹੀ ਇਹ ਪਾਈ ਹੈ, ਇਹਨੂੰ ਮੇਰੇ ਅੰਦਰੋਂ ਕੱਢ ਤੇ ਆਪਣੇ ਕੋਲ ਬੁਲਾ ਲੈ, ਮੈਂ ਇਹਦੇ ਤੋਂ ਬਹੁਤ ਪਰੇਸ਼ਾਨ। ਇਹ ਜੋ ਹੈ ਬਹੁ ਪ੍ਰਕਾਰ ਸੁੰਦਰ ਮੋਹਣ, ਕਿੱਥੇ ਕਿੱਥੇ ਬਨੇ ਤੀਰੇ ਬਾਟ ਘਾਟੇ ਜੋ ਹਣੀ,
ਜੰਗਲਾਂ ਵਿੱਚ ਉੱਥੇ ਵੀ ਇਹ ਦੱਸ ਲੈਂਦੀ ਹੈ, ਨਦੀਆਂ ਦੇ ਕਿਨਾਰਿਆਂ ਤੇ ਰਸਤੇ ਚ ਜਾਂਦਿਆਂ ਨੂੰ ਘਾਟਾਂ ਤੇ ਇਹ ਹਰ ਥਾਂ ਹੀ ਦੱਸ ਲੈਂਦੀ ਹੈ। ਪ੍ਰਭੂ ਇਹਦੇ ਤੋਂ ਬਚਿਆ ਨਹੀਂ ਜਾ ਸਕਦਾ। ਜਿਨ ਤ੍ਰਿਭਵਨ ਦਸੀਅਲੇ, ਤਿੰਨੋਂ ਭਵਨਾਂ ਦੇ ਲੋਕ, ਤ੍ਰਿਭਵਨ ਸ਼ਾਸਤਰਾਂ ਵਿੱਚ ਤਿੰਨ ਲੋਕ ਗਿਣੇ, ਆਕਾਸ਼ ਪਾਤਾਲ ਤੇ ਇਹ ਮਾਤ ਲੋਕ, ਇਹ ਸਾਰਿਆਂ ਨੂੰ ਦੱਸ ਲੈਂਦੀ, ਇਹਦੀ ਤਾਕਤ ਹੈ। ਸਰਪਨੀ ਤੇ ਉੱਪਰ ਨਹੀਂ ਬਲੀਆ, ਜਿਨ ਬ੍ਰਹਮਾ ਵਿਸ਼ਨ ਮਹਾਦੇਵ ਛਲੀਆ, ਉਹਨਾਂ ਨੂੰ ਵੀ ਇਹ ਛਲ ਲੈਂਦੀ ਹੈ, ਉਹਨਾਂ ਨੂੰ ਵੀ ਇਹ ਖਾ ਲੈਂਦੀ। ਸਰਪਨੀ ਸਰਪਨੀ ਕਿਆ ਕਹੋ ਭਾਈ, ਐ ਮੇਰੇ ਪਿਆਰੇ ਭਰਾਵੋ ਮਿੱਤਰੋ, ਤੁਸੀਂ ਇਹਦੇ ਤੋਂ ਇੰਨਾ ਕਿਉਂ ਡਰਦੇ? ਕਬੀਰ ਸਾਹਿਬ ਨੂੰ ਹੌਸਲਾ ਦਿੰਦੇ, ਸਰਪਨੀ ਸਰਪਨੀ ਕਿਆ ਕਹੋ ਭਾਈ, ਹਰ ਵੇਲੇ ਮਾਇਆ ਤੋਂ ਕਿਉਂ ਡਰਦੇ ਹੋ, ਮਾਇਆ ਮਾਇਆ ਕਿਉਂ ਕਰਦੇ ਹੋ? ਨਾ ਡਰੋ, ਇਹ ਤਾਕਤਵਰ ਜ਼ਰੂਰ ਹੈ ਪਰ ਰੱਬ ਦੀ ਇਹ ਦਾਸੀ, ਮਾਇਆ ਨੂੰ ਦਾਸੀ ਵੀ ਆਖੇ ਕਿਉਂਕਿ ਰੱਬ ਦੀ ਇਹ ਦਾਸੀ। ਜਿਵੇਂ ਕਿਸੇ ਨੇ ਕੁੱਤਾ ਪਾਲਿਆ ਹੋਵੇ ਨਾ, ਬਹੁਤ ਤਕੜਾ ਕੁੱਤਾ ਹੋਵੇ, ਤੇ ਕੁੱਤੇ ਦਾ ਕੰਮ ਹੈ ਜਦੋਂ ਕਿਸੇ ਨੇ ਘੰਟੀ ਵਜਾਈ ਜਾਂ ਦਰਵਾਜ਼ਾ ਖੜਕਾਇਆ, ਉਹ ਭੌਂਕਣਾ ਸ਼ੁਰੂ ਕਰਦਾ। ਪਰ ਕੇਵਲ ਭੌਂਕਦਾ ਨਹੀਂ ਆ, ਉਹ ਕਹਿੰਦਾ ਵੀ ਜੇ ਤੂੰ ਮੇਰੇ ਲੱਗ ਆਇਆ ਤੇ ਮੈਂ ਤੈਨੂੰ ਖਾ ਜਾਂਦਾ। ਜਿਹੜਾ ਬਾਹਰੋਂ ਆਇਆ ਉਹ ਘਬਰਾਉਂਦਾ ਹੈ, ਉਹ ਆਵਾਜ਼ ਮਾਰਦਾ ਮਾਲਕ ਨੂੰ ਕਿ ਮਾਲਕਾ ਇਹਨੂੰ ਚੁੱਪ ਕਰਾ। ਹੁਣ ਮਾਲਕ ਦਾ ਤਾਂ ਕੁੱਤਾ ਦਾਸ ਹੈ ਨਾ, ਉਹਨੇ ਪਾਲਿਆ ਹੋਵੇ, ਉਹ ਇੱਕੋ ਵਾਰੀ ਇਸ਼ਾਰਾ ਕਰਦਾ, ਨਾ ਲਾ ਕੇ ਕਹਿੰਦਾ ਜਾ ਅੰਦਰ, ਉਹ ਉਸੇ ਵੇਲੇ ਅੰਦਰ ਚਲਾ। ਫਿਰ ਉਹ ਸਮਝਾਉਂਦਾ ਉਹਨੂੰ, ਸਿਆਣਾ ਕੁੱਤਾ ਹੋਵੇ ਉਹਨੂੰ ਸਮਝਾਉਂਦਾ ਕਿ ਨਹੀਂ ਇਹ ਆਪਣੇ ਕਰਦਾ, ਇਹਨੂੰ ਕੁਝ ਨਹੀਂ ਕਹਿਣਾ, ਤੇ ਉਹ ਆ ਕੇ ਨਾ ਪੈਰ ਚੱਟਣੇ ਸ਼ੁਰੂ ਕਰ ਦਿੰਦਾ ਜਿਹੜਾ ਮਹਿਮਾਨ ਆਇਆ। ਇਹ ਕਿਵੇਂ ਸੰਭਵ ਹੋਇਆ ਕਿ ਜਿਹਦਾ ਮਾਲਕ ਦਾ ਕੁੱਤਾ ਸੀ ਦਾਸ, ਉਸ ਮਾਲਕ ਨੇ ਜਦੋਂ ਉਹਨੂੰ ਆਖਿਆ ਤੇ ਉਹ ਚਲਣ ਹੀ ਪੈ ਗਿਆ। ਇਹ ਮਾਇਆ ਵੀ ਰੱਬ ਦੀ ਦਾਸੀ ਹੈ, ਤੇ ਜੇ ਅਸੀਂ ਇਹਦੇ ਮਾਲਕ ਨੂੰ ਅਪਰੋਚ ਕਰੀਏ ਵੀ ਦਾਤਾ ਤੂੰ ਹੀ ਇਹ ਮਗਰ ਲਾਈ ਹੈ ਤੇ ਤੂੰ ਹੀ ਇਹਨੂੰ ਚੁੱਪ ਕਰਾਉਣਾ, ਤੇ ਦਾਤਾ ਇੱਕੇ ਵਾਰੀ ਕਹਿੰਦਾ ਕਾਮ ਕ੍ਰੋਧ ਲੋਭ ਮੋਹ ਹੰਕਾਰ ਸਾਰੇ ਦਾਸ ਬਣ ਜਾਂਦੇ, ਚੁੱਪ ਹੋ ਜਾਂਦੇ। ਪਰ ਜੇ ਆਪਣੇ ਯਤਨਾਂ ਨਾਲ ਕੋਸ਼ਿਸ਼ ਕਰੀਏ ਤਾਂ ਇੱਕ ਵੀ ਕਾਬੂ ਨਹੀਂ ਆਉਂਦਾ, ਇੱਕ ਨੂੰ ਜੇ ਥੋੜ੍ਹਾ ਜ਼ੋਰ ਜ਼ਾਰ ਲਾ ਕੇ ਕਿਤੇ ਕਾਬੂ ਕਰੀਏ, ਦੂਸਰੇ ਚਾਰ ਹਾਵੀ ਹੋ ਜਾਂਦੇ ਨੇ, ਉਹ ਇੱਕ ਨੂੰ ਵੀ ਛਡਾ ਲੈਂਦੇ ਨੇ, ਉਹ ਇੱਕ ਫਿਰ ਤਗੜਾ ਹੋ ਜਾਂਦਾ, ਇਹ ਪੰਜੋ ਫੇਰ ਰਲ ਕੇ ਸਾਨੂੰ ਤੰਗ ਕਰਦੇ। ਆਪਣੇ ਯਤਨਾਂ ਨਾਲ ਨਹੀਂ, ਕਰ ਕਰ ਹਾਰਿਓ ਅਨਕ ਬਹੁ ਭਾਂਤੀ, ਛੋਟੇ ਕਥੂ ਨਾ ਹੀ ਏਕ ਬਾਤ ਸੁਣ ਆਕੀ ਓਟਾ, ਸਾਧ ਸੰਗ ਮਿਟ ਜਾਏ। ਬਖਸ਼ਿਆ ਹੋਇਆਂ ਦੀ ਸੰਗਤ ਵਿੱਚ ਜਦੋਂ ਤੂੰ ਕਿਰਪਾ ਕਰੇ, ਕਰ ਕਿਰਪਾ ਸੰਤ ਮਿਲੇ ਹੋਏ, ਤਿੰਨ ਤੇ ਧੀਰਜ ਪਾਇਆ, ਉਹ ਹੌਸਲਾ ਦਿੰਦੇ ਨੇ, ਸੰਤੀ ਮੰਤ ਦਿਓ ਮੋਹਿ ਨਿਰਭਉ ਗੁਰ ਕਾ ਸ਼ਬਦ ਕਮਾਇਆ। ਬਖਸ਼ਿਆ ਹੋਇਆਂ ਦੀ ਸੰਗਤ ਵਿੱਚ ਗੁਰੂ ਦੇ ਸ਼ਬਦ ਦੀ ਕਮਾਈ ਹੁੰਦੀ ਹੈ ਤਾਂ ਇਹ ਜਿੱਤੇ ਜਾਂਦੇ ਨੇ। ਜਦੋਂ ਗੁਰੂ ਦਾ ਸ਼ਬਦ ਕਮਾਇਆ ਤੇ ਮਹਾਰਾਜ ਕਹਿੰਦੇ ਨੇ ਜੀਤ ਲਏ ਹੋਏ ਮਹਾਂ ਬਿਖਾਦੀ, ਇਹ ਜਿਹੜੇ ਮਹਾਂ ਉਦੰਡੀ ਸਨ, ਮਿਸਚੀਵੀਅਸ ਸਨ, ਮੈਂ ਜਿੱਤ ਲਏ। ਪਰ ਕਦੋਂ? ਜਦੋਂ ਉਹਨੇ ਕਿਰਪਾ ਕੀਤੀ ਬਖਸ਼ਿਆ ਹੋਇਆ ਦੀ ਸੰਗਤ ਵਿੱਚ ਬਾਣੀ ਰਾਹੀਂ ਉਪਦੇਸ਼ ਦੀ ਕਮਾਈ ਬਖਸ਼ੀ। ਇਸ ਲਈ ਕਬੀਰ ਸਾਹਿਬ ਕਹਿੰਦੇ ਨੇ ਇਹ ਸਰਪਨੀ ਸਰਪਨੀ ਕਿਆ ਕਹੋ ਭਾਈ, ਜਿਨ ਸੱਚ ਪਛਾਣਿਆ ਤਿਨ ਸਰਪਨੀ ਖਾਈ। ਜਿਹਨੇ ਸੱਚ ਨੂੰ ਪਹਿਚਾਣ ਲਿਆ, ਜਿੰਨੀ ਆਤਮ ਚੀਨਿਆ ਪਰਮਾਤਮ ਸੋਈ, ਮਨ ਤੋਂ ਜੋਤ ਸਰੂਪ ਹੈ ਆਪਣਾ ਮੂਲ ਪਛਾਣ, ਕਹੋ ਨਾਨਕ ਜਿਨ ਹੁਕਮ ਪਛਾਤਾ, ਇਸ ਸਾਹਿਬ ਕਾ ਤਿਨ ਭੇਦ ਜਾਤਾ। ਉਹਦੇ ਹੁਕਮ ਨੂੰ ਜਿੰਨੇ ਪਛਾਣ ਲਿਆ, ਆਪਣੇ ਮੂਲ ਨੂੰ ਜਿੰਨੇ ਪਛਾਣ ਲਿਆ,
ਜਿੰਨੀ ਆਤਮ ਚੀਨਿਆ, ਜਿੰਨੇ ਆਪਣੀ ਆਤਮਾ ਯਾਨੀ ਮੂਲ ਨੂੰ ਪਛਾਣ ਲਿਆ, ਖੋਜ ਲਿਆ, ਚੀਨਿਆ ਦਾ ਅਰਥ ਹੈ ਖੋਜਣਾ, ਪਰਮਾਤਮ ਸੋਇ ਰੱਬ ਰੂਪ ਦਾ। ਰੱਬ ਦੇ ਸਾਡੇ ਵਿਚਕਾਏ ਹੈ ਸਿਰਫ ਮਾਇਆ ਹੀ, ਇਹ ਮਾਇਆ ਦਾ ਪਰਦਾ ਹਟਦਾ ਤੇ ਰੱਬ ਨਾਲ ਮਿਲਾਪ ਹੋ ਜਾਂਦਾ ਹੈ। ਪਰ ਇਹ ਪਰਦਾ ਹਟਦਾ ਕਿਵੇਂ ਹੈ? ਜਦੋਂ ਉਹ ਬਖਸ਼ਿਸ਼ ਕਰਕੇ ਗੁਰੂ ਸੰਗਤ ਮਿਲਾ ਦਿੰਦਾ, ਉੱਥੇ ਫਿਰ ਆਪਣੇ ਬਚਨਾਂ ਦੀ ਕਮਾਈ ਕਰਾਉਂਦਾ ਤੇ ਇਹ ਪਰਦਾ ਟੁੱਟ ਜਾਂਦਾ, ਪ੍ਰਭੂ ਨਾਲ ਮਿਲਾ। ਸਰਪਣੀ ਸਰਪਣੀ ਕਿਆ ਕਹੋ ਭਾਈ, ਜਿਨ ਸਾਜ ਪਛਾਣਿਆ ਤਿੰਨ ਸਰਪਣੀ ਖਾਈ। ਇਹ ਫਿਰ ਮਾਇਆ ਉਹ ਖਾ ਲੈਂਦਾ, ਭਾਵ ਇਹ ਮਾਇਆ ਨੂੰ ਸਮਾਪਤ ਕਰ ਲੈਂਦਾ, ਇਹਦਾ ਪ੍ਰਭਾਵ ਮੁੱਕ ਜਾਂਦਾ, ਇਹ ਫਿਰ ਹੁਣ ਅਸਰ ਨਹੀਂ, ਇਨਫੈਕਟਿਵ ਹੋ ਜਾਂਦੀ ਹੈ, ਰਹਿੰਦੀ ਹੈ ਸਾਡੇ ਨਾਲ, ਕਿਉਂਕਿ ਮਾਇਆ ਤੋਂ ਬਿਨਾਂ ਜੀਵਨ ਨਹੀਂ, ਪਰ ਇਹ ਹੁਣ ਸਾਡੀ ਦਾਸੀ ਬਣ ਕੇ ਰਹਿੰਦੀ ਹੈ, ਅਸੀਂ ਇਹਨੂੰ ਆਪਣੇ ਵਸ ਵਿੱਚ ਕਰਕੇ ਵਰਤਦੇ ਹਾਂ। ਪਹਿਲਾਂ ਇਹ ਸਾਨੂੰ ਵਰਤਦੀ ਸੀ, ਜਿਵੇਂ ਆਪਾਂ ਬਿਜਲੀ ਨੂੰ ਕੰਟਰੋਲ ਕੀਤਾ ਹੋਇਆ ਤੇ ਬਿਜਲੀ ਹੁਣ ਸਾਡੇ ਵਸ ਵਿੱਚ ਹੈ। ਇੱਕ ਰਿਮੋਟ ਦਬਾਈ ਦਾ ਗਰਮ ਹਵਾ ਚੱਲਦੀ ਹੈ, ਦੂਸਰਾ ਦਬਾਈ ਦਾ ਠੰਡੀ ਚੱਲਦੀ ਹੈ, ਇੱਕ ਦਵਾਈ ਦਾ ਲਾਈਟ ਚੱਲਦੀ ਹੈ, ਦੂਸਰਾ ਦਵਾਈ ਦਾ ਇਹ ਸਾਡੇ ਸਾਰੇ ਕੰਮ ਕਰਦੀ ਹੈ। ਇਹ ਹੁਣ ਬਿਜਲੀ ਸਾਡੀ ਦਾਸੀ ਹੈ, ਪਰ ਕਿਉਂ ਦਾਸੀ ਹੈ? ਕਿਉਂਕਿ ਅਸੀਂ ਇਹਨੂੰ ਆਪਣੇ ਵਸ ਵਿੱਚ ਕੀਤਾ ਹੋਇਆ, ਤੇ ਜੇ ਕਿਤੇ ਇਹਨੂੰ ਖੁੱਲਾ ਛੱਡ ਦਈਏ ਇਹ ਮਿੰਟ ਸਰਵਨਾਸ਼ ਕਰ। ਜਿਨ ਤ੍ਰਿਭਵਨ ਦਸੀ ਹੈ, ਇਹ ਤਿੰਨਾਂ ਭਵਨਾਂ ਨੂੰ ਦੱਸ ਲੈਂਦੀ ਹੈ। ਮਾਇਆ ਵੀ ਐਸੀ ਤਾਕਤਵਰ ਹੈ ਜੇ ਜਿਵੇਂ ਬਿਜਲੀ ਤਾਕਤਵਰ ਹੈ, ਪਰ ਜੇ ਵਸ਼ ਚ ਕਰ ਲਈਏ ਤੇ ਸਾਡੀ ਦਾਸੀ ਹੈ, ਸਾਡੇ ਸਾਰੇ ਕੰਮ ਕਰਦੀ ਹੈ, ਮਾਇਆ ਵੀ ਸਾਡੇ ਸਾਰੇ ਕੰਮ ਕਰੇਗੀ। ਜੇ ਗੁਰੂ ਸੰਗਤ ਵਿੱਚ ਪਰਮਾਤਮਾ ਦੇ ਗੁਣ ਗਾ ਕੇ ਉਹਦੀ ਕਿਰਪਾ ਦੇ ਪਾਤਰ ਬਣ ਜਾਈਏ ਤੇ ਇਹ ਸਾਡੀ ਦਾਸੀ ਹੋ ਜਾਏ। ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਇਆ, ਪਰ ਹੋਣਗੇ ਉਹਦੀ ਬਖਸ਼ਿਸ਼ ਨਾਲ ਵਸ, ਆਪਣੇ ਉੱਦਮ ਨਾਲ ਨਹੀਂ ਹੋਣਗੇ, ਜਿੰਨੇ ਮਰਜ਼ੀ ਐਡੇ ਐਡੇ ਦੇਵਤੇ ਜਿਨ੍ਹਾਂ ਨੇ ਇੰਨੀ ਇੰਨੀ ਤਪ ਕਰਕੇ ਤੇ ਪਤਾ ਨਹੀਂ ਕਿਤਨੀਆਂ ਕਿਤਨੀਆਂ ਰਿੱਧੀਆਂ ਸਿੱਧੀਆਂ ਪ੍ਰਾਪਤ ਕਰ ਲਈਆਂ, ਉਹਨਾਂ ਨੂੰ ਵੀ ਇਸ ਮਾਇਆ ਨੇ ਛੱਡਿਆ ਨਹੀਂ, ਉਹਨਾਂ ਨੂੰ ਵੀ ਛੱਡਿਆ। ਇਸ ਕਰਕੇ ਆਪਣੇ ਉੱਦਮ ਨਾਲ ਨਹੀਂ, ਉਹਦੀ ਕਿਰਪਾ ਨਾਲ ਇਹ ਸਹਿਜ ਵਿੱਚ ਆ ਜਾਂਦੀ ਹੈ, ਸ਼ਾਂਤ ਹੋ ਜਾਂਦੀ ਹੈ, ਇਹਦਾ ਪ੍ਰਭਾਵ ਖਤਮ ਹੋ ਜਾਂਦਾ, ਇਨਇਫੈਕਟਿਵ। ਸਰਪਣੀ ਤੇ ਆਨ ਛੂਚ ਨਹੀਂ ਅਵਰਾ, ਵੇਖਣ ਨੂੰ ਬੜੀ ਤਾਕਤਵਰ ਹੈ, ਬਾਹਰੋਂ ਬੜੀ ਅਟਰੈਕਟਿਵ ਹੈ, ਪਰ ਅਸਲ ਵਿੱਚ ਖੋਖਲੀ ਹੈ, ਹੈ ਕੁਝ ਨਹੀਂ। ਰੱਬ ਨੇ ਐਸਾ ਭਰਮ ਪਾਇਆ ਮਾਇਆ ਦਾ, ਸਾਨੂੰ ਜਾਪਦਾ ਵੀ ਇਹੀ ਸਭ ਕੁਝ ਹੈ, ਪਰ ਇਹ ਖੋਖਲੀ ਹੈ, ਇਹਦੇ 'ਚ ਹੈ ਕੁਝ ਨਹੀਂ। ਸਭ ਤੋਂ ਵੱਡਾ ਭਰਮ ਪਾ ਦਿੱਤਾ ਵੀ ਇਹ ਜਾਪਦਾ ਵੀ ਇਹ ਸੁਖਦਾਇਕ ਹੈ, ਇਹਦੇ 'ਚ ਸੁੱਖ ਹੈ ਹੀ ਨਹੀਂ, ਬਿਲਕੁਲ ਸੱਖਣੀ ਛੂਚੀ ਕਹਿੰਦੇ ਨੇ, ਸੱਖਣੀ ਐਮਟੀ ਹੈ, ਖੋਖਲੀ ਹੈ, ਕੱਖ ਨਹੀਂ ਹੈ ਇਹਦੇ ਵਿੱਚ, ਸਿਰਫ ਛਲਾਵਾ, ਸਿਰਫ ਦਿਖਾਵਾ ਹੈ। ਭਰਮ ਹੈ ਸਾਨੂੰ ਵੀ ਮਾਇਆ ਜਿਹੜੀ ਹੈ ਇਹ ਸੁੱਖ ਦਾ ਹੈ, ਵੇਖਿਆ ਪੈ ਤਨ ਸਦਾ ਦੁੱਖ ਹੋਵੇ, ਨਾ ਸਾਥ ਜਾਏ ਨਾ ਪ੍ਰਾਪਤ। ਸਰਪਣੀ ਤੇ ਆਨ ਛੂਚ ਨਹੀਂ ਅਵਰਾ, ਇਹਦੇ ਤੋਂ ਜ਼ਿਆਦਾ ਖੋਖਲਾ ਹੋਰ ਕੁਝ ਹੈ ਹੀ, ਇਹਦੇ ਤੋਂ ਜ਼ਿਆਦਾ ਵੱਡਾ ਭਰਮ ਦਿਖਾਵਾ ਹੋਰ ਕੁਝ ਹੈ ਹੀ ਨਹੀਂ, ਧੋਖਾ ਹੋਰ ਕੁਝ ਹੈ ਹੀ ਨਹੀਂ। ਦੇਖਣ ਨੂੰ ਅਟਰੈਕਟਿਵ ਹੈ, ਅਸਲ ਵਿੱਚ ਕੁਝ ਵੀ ਨਹੀਂ, ਦੁੱਖ ਹੀ ਦੁੱਖ। ਦੇਖਣ ਨੂੰ ਸੁਖਦਾਈ ਜਾਪਦੀ ਹੈ, ਸੁੱਖ ਇਹਦੇ 'ਚ ਹੈ ਹੀ ਨਹੀਂ, ਦੁੱਖਾਂ ਨਾਲ ਭਰੀ ਹੋਈ। ਇਹ ਕਸ਼ਟ ਦਿੰਦੀ ਹੈ, ਸੁੱਖ ਨਹੀਂ ਦਿੰਦੀ, ਇਹ ਸਿਰਫ ਜੀਵਨ ਚਲਾਉਣ ਵਾਸਤੇ ਸੀ, ਅਸੀਂ ਇਹ 'ਚ ਸੁੱਖ ਲੱਭਦੇ ਹਾਂ। ਸਰਪਣੀ ਤੇ ਆਨ ਛੂਚ ਨਹੀਂ ਅਵਰਾ, ਸਰਪਣੀ ਜੀਤੀ ਕਹਾਂ ਕਰੇ ਜਮਰਾ, ਜਿਹਨੇ ਇਸ ਮਾਇਆ ਨੂੰ ਜਿੱਤ ਲਿਆ ਉਹਨੂੰ ਫਿਰ ਜਮ ਕੁਝ ਨਹੀਂ ਕਹਿੰਦੇ। ਧਰਮ ਰਾਏ ਦਰ ਕਾਗਜ਼ ਫਾੜੇ, ਜਨ ਨਾਨਕ ਲੇਖਾ ਸਮਝ। ਮਹਾਰਾਜ ਕਹਿੰਦੇ ਨੇ ਸੰਤ
ਸੰਤਨ ਮੋਕੋ ਪੂੰਜੀ ਸੌਪੀ ਤੋਂ ਉਤਰਿਆ ਮਨ ਕਾ ਧੋਖਾ। ਇਹ ਧੋਖਾ ਸੀ ਮਾਇਆ ਦਾ। ਜਦੋਂ ਨਾਮ ਦੀ ਪੂੰਜੀ ਰੱਬ ਨੇ ਬਖਸ਼ਿਸ਼ ਬਖਸ਼ਿਆ ਹੋਇਆ ਦੇ ਥਰੂ ਮੈਨੂੰ ਦਿੱਤੀ। ਸੰਤਨ ਮੋਕੋ ਪੂੰਜੀ ਸੌਂਪੀ, ਇਹ ਕੈਪੀਟਲ ਨਾਮ ਦੀ ਕੈਪੀਟਲ ਹੈ। ਜਦੋਂ ਦਿੱਤੀ, ਨਾਮ ਰਤਨ ਦਿੱਤਾ ਸੰਤ ਜਿਨ੍ਹਾਂ ਨੇ ਬਖਸ਼ਿਆ ਹੋਇਆ ਨੇ। ਤਾਂ ਉਤਰਿਆ ਮਨ ਕਾ ਧੋਖਾ, ਇਹ ਜਿਹੜੀ ਖੋਖਲੀ ਸੀ ਨਾ ਦਿਖਾਵੇ ਵਾਲੀ, ਧੋਖੇਬਾਜ, ਇਹਦਾ ਧੋਖਾ ਉਤਰ ਗਿਆ। ਇਹਦੀ ਅਸਲੀਅਤ ਪਤਾ ਲੱਗ ਗਈ। ਕਬੀਰ ਸਾਹਿਬ ਕਹਿੰਦੇ ਨਾ ਕਿ ਗੁਰਪ੍ਰਸਾਦ ਇਹ ਉਹਦੀ ਕਿਰਪਾ ਨਾਲ ਜਿਨ ਤ੍ਰਿਭਵਨ ਦਸੀਏ ਗੁਰਪ੍ਰਸਾਦ ਦਿੱਤੀ, ਗੁਰੂ ਨੇ ਕਿਰਪਾ ਕੀਤੀ ਤੇ ਇਹਦੀ ਅਸਲੀਅਤ ਦਿਸ ਪਈ। ਉਤਰਿਆ ਮਨ ਕਾ ਧੋਖਾ, ਧਰਮ ਰਾਏ ਅਬ ਕਹਾਂ ਕਰੇ ਕੁਝੋ, ਫਾਟਿਓ ਸਗਲੋ ਲੇਖਾ, ਸਾਰੇ ਲੇਖੇ ਪੱਤੇ ਨਾਸ ਹੋ। ਪਰ ਪ੍ਰੋਸੈਸ ਇਹੀ ਰਹੇ। ਸਰਪਨੀ ਜੀਤੀ ਕਹਾਂ ਕਰੇ ਜਮਰਾ, ਜਿਹਨੇ ਮਾਇਆ ਨੂੰ ਜਿੱਤ ਲਿਆ ਫਿਰ ਜਮ ਵਿਚਾਰਾ ਕੀ ਕਰੇਗਾ, ਉਹਦਾ ਤੇ ਸਾਰਾ ਲੇਖਾ ਹੀ ਮੁੱਕ ਜਾਂਦਾ, ਉਹਦੀ ਕਿਤਾਬ ਹੀ ਖਾਲੀ ਹੋ ਜਾਂਦੀ। ਉਹ ਫਿਰ ਕਹਿੰਦਾ ਧਰਮ ਰਾਏ ਐਸੇ ਚਵੈ ਕੀਤੋਂ ਭਵਨ ਪੁਨੀਤ। ਜਦੋਂ ਗੁਰਮੁਖ ਮਾਇਆ ਨੂੰ ਜਿੱਤ ਕੇ ਗੁਰੂ ਦੀ ਕਿਰਪਾ ਨਾਲ ਉਹਦੇ ਦਰ ਤੇ ਪਹੁੰਚਦਾ ਤੇ ਧਰਮ ਰਾਜ ਖੜਾ ਹੋ ਕੇ ਵੈਲਕਮ ਕਰਦਾ ਤੇ ਕੀ ਕਹਿੰਦਾ, ਧਰਮ ਰਾਏ ਐਸੇ ਚਵੈ, ਚਵੈ ਦਾ ਅਰਥ ਹੈ ਕਹਿੰਦਾ, ਧਰਮ ਰਾਜ ਕਹਿੰਦਾ। ਇਹ ਸਮਝਾਉਣ ਖਾਤਰ ਹੈ ਵੀ ਜਿਸ ਤਰ੍ਹਾਂ ਕੋਈ ਬਹੁਤ ਪ੍ਰਧਾਨ ਮੰਤਰੀ ਦਾ ਕੋਈ ਖਾਸ ਆਦਮੀ ਪਹੁੰਚੇ ਉਹਦੇ ਦਫ਼ਤਰ ਤੇ ਉਹਦੇ ਜਿਹੜੇ ਅਹਿਲਕਾਰ ਹੁੰਦੇ ਨੇ, ਉਹਦੇ ਜਿਹੜੇ ਸਰਵਿਸਮੈਨ ਹੁੰਦੇ ਨੇ, ਅਫਸਰ ਹੁੰਦੇ ਨੇ, ਉਹ ਖੜੇ ਹੋ ਕੇ ਸਲਾਮ, ਕਿਉਂਕਿ ਉਹਨਾਂ ਨੂੰ ਪਤਾ ਹੈ ਇਹ ਪ੍ਰਧਾਨ ਮੰਤਰੀ ਦਾ ਖਾਸ ਆਦਮੀ। ਜਿਹੜੇ ਗੁਰਮੁਖ ਮਾਇਆ ਨੂੰ ਜਿੱਤ ਕੇ ਜਾਂਦੇ ਨਾ, ਪੰਚ ਪ੍ਰਵਾਨ ਪੰਚ ਪ੍ਰਧਾਨ ਪੰਚੇ ਪਾਵੇ ਦਰਗੇ ਮਾਨ, ਦਰਗਾਹ ਵਿੱਚ ਉਹਨਾਂ ਨੂੰ ਮਾਣ ਮਿਲਦਾ। ਇਹ ਜਿਹੜਾ ਰੱਬ ਦਾ ਅਹਿਲਕਾਰ ਸ਼ਾਸਤਰਾਂ ਵਿੱਚ ਲਿਖਿਆ ਵੀ ਧਰਮ ਰਾਜ, ਉਹ ਕਹਿੰਦਾ ਧਰਮ ਰਾਏ ਐਸੇ ਚਵੈ, ਉਹ ਕਹਿੰਦਾ ਕੀਤੋਂ ਭਵਨ ਪੁਨੀਤ, ਉਹ ਕਹਿੰਦਾ ਆਓ ਜੀ ਤੁਸੀਂ ਮੇਰਾ ਭਵਨ ਪਵਿੱਤਰ ਕਰ ਦਿੱਤਾ, ਤੁਹਾਡੇ ਆਉਣ ਨਾਲ ਮੇਰਾ ਭਵਨ ਪਵਿੱਤਰ ਹੋ ਗਿਆ, ਇੰਨਾ ਸਤਿਕਾਰ ਕਰਦਾ। ਧਰਮ ਰਾਏ ਤਿੰਨਕੀ ਸੇਵਾ ਕਰੇ, ਉਹਨਾਂ ਦੀ ਫਿਰ ਉਹ ਸੇਵਾ ਕਰਦਾ ਤੇ ਬਾਕੀਆਂ ਤੇ ਉਹਦੀ ਹਕੂਮਤ ਚੱਲਦੀ ਹੈ। ਸਰਪਨੀ ਜੀਤੀ ਕਹਾਂ ਕਰੇ ਜਮਰਾ, ਇਹ ਸਰਪਨੀ ਤਾਂ ਕੀ ਕੀਤੀ ਹੋਈ, ਇਹ ਜਿਹੜੀ ਮਾਇਆ ਨਾ ਰੱਬ ਦੀ ਕੀਤੀ ਹੋਈ ਹੈ, ਮਾਇਆ ਕਰਤੇ ਆਪੇ ਲਾਈ ਇਹੋ ਹੁਕਮ ਕਰ ਸ੍ਰਿਸ਼ਟ ਉਪਾਈ, ਉਹਦੀ ਕੀਤੀ ਹੈ ਤੇ ਉਹਦੀ ਬਖਸ਼ਿਸ਼ ਨਾਲ ਹੀ ਇਹਦੇ ਤੋਂ ਬਚਿਆ ਜਾ ਸਕਦਾ, ਇਹਨੂੰ ਜਿੱਤਿਆ ਜਾ ਸਕਦਾ, ਹੋਰ ਕੋਈ ਤਰੀਕਾ ਹੈ ਨਹੀਂ। ਬਲ ਅਬਲ ਕੀਆ ਇਸ ਤੇ ਹੋਈ, ਸੋ ਪ੍ਰਭੂ ਦੇ ਹੁਕਮ ਤੋਂ ਬਿਨਾਂ ਇਸ ਦੇ ਆਪਣੇ ਵੱਸ ਦੀ ਗੱਲ ਨਹੀਂ ਹੈ। ਇਹਨੂੰ ਤਾਕਤ ਵੀ ਉਹਨੇ ਹੀ ਦਿੱਤੀ ਹੈ ਤੇ ਇਹਦੀ ਤਾਕਤ ਵੀ ਉਹ ਹੀ ਖੋਹਦਾ ਹੈ। ਬਲ ਅਬਲ ਕੀਆ ਤਿਸ ਹੋਈ, ਕੀਆ ਇਸ ਤੇ ਹੋਈ, ਜਦੋਂ ਉਹ ਬਖਸ਼ਿਸ਼ ਕਰਦਾ ਗੁਰਮੁਖ ਤੇ ਇਹਦਾ ਬਲ ਅਬਲ ਹੋ ਜਾਂਦਾ ਹੈ, ਇਹਦੀ ਤਾਕਤ ਖਤਮ ਹੋ ਜਾਂਦੀ ਹੈ, ਇਹ ਫਿਰ ਉਹਦੀ ਦਾਸੀ ਬਣਦੀ, ਨਹੀਂ ਤਾਂ ਬੜੀ ਤਾਕਤ ਹੋ, ਬੰਦੇ ਦੇ ਵੱਸ ਨਹੀਂ ਹੋ। ਇਹ ਬਸਤੀ ਤਾਂ ਬਸਤ ਸਰੀਰਾ, ਜਿਤਨਾ ਚਿਰ ਮਾਇਆ ਮਨੁੱਖ ਦੇ ਮਨ ਵਿੱਚ ਵਸਦੀ ਹੈ ਤਦ ਤੱਕ ਜੀਵ ਸਰੀਰਾਂ ਵਿੱਚ ਭਾਵ ਜਨਮ ਮਰਨ ਦੇ ਚੱਕਰ ਵਿੱਚ ਪਿਆ। ਜਦੋਂ ਤੱਕ ਮਾਇਆ ਸਾਡੇ ਅੰਦਰ ਵਸਦੀ ਹੈ ਉਦੋਂ ਤੱਕ ਅਸੀਂ ਜਨਮ ਮਰਨ ਦੇ ਗੇੜ ਵਿੱਚ ਪਏ ਰਹੇ ਹਾਂ। ਇੱਕ ਸਰੀਰ ਛੱਡਦੇ ਹਾਂ, ਦੂਸਰਾ ਪਾ ਲੈਂਦੇ ਹਾਂ, ਦੂਸਰਾ ਛੱਡਦੇ ਹਾਂ, ਤੀਸਰਾ ਪਾ ਲੈਂਦੇ ਹਾਂ। ਗੁਰਪ੍ਰਸਾਦ ਸਹਿਜ ਤਰੇ ਕਬੀਰਾ, ਫਿਰ ਆ ਕੇ ਰਹਾਉ ਦੀ ਗੱਲ ਨੂੰ ਰਿਪੀਟ ਕਰਦੇ ਕਿ ਕਬੀਰ ਉਸ ਪਰਮਾਤਮਾ ਦੀ ਬਖਸ਼ਿਸ਼ ਨਾਲ ਇਸ ਮਾਇਆ ਦੇ ਸਰੋਵਰ ਨੂੰ ਤਰਿਆ,
ਇਸ ਮਾਇਆ ਨੂੰ ਉਹਨੇ ਉਹਦੀ ਬਖਸ਼ਿਸ਼ ਨਾਲ ਜਿੱਤਿਆ, ਆਪਣੇ ਜਤਨਾਂ ਨਾਲ ਇਹ ਨਹੀਂ ਜਿੱਤੀ ਜਾਂਦੀ। ਕਬੀਰ ਸਾਹਿਬ ਕਹਿੰਦੇ ਕਿਉਂ ਛੁੱਟੋਂ ਕੈਸੇ ਤਰੋਂ ਪਵਜਲ ਨਿਧ ਭਾਰੀ, ਰਾਖ ਰਾਖ ਮੇਰੇ ਬੀਠਲਾ ਜਨ ਸੰਗ, ਤੇਰੀ ਬਖਸ਼ਿਸ਼ ਤੋਂ ਬਿਨਾਂ ਇਹ ਸੰਭਵ ਨਹੀਂ। ਆਪਣੇ ਵੱਲੋਂ ਮੈਂ ਬੜੇ ਯਤਨ ਕੀਤੇ, ਕਬੀਰ ਸਾਹਿਬ ਕਹਿੰਦੇ ਮੇਰੇ ਯਤਨ ਫੇਲ ਹੋ ਗਏ, ਅਖੀਰ ਮੈਂ ਸ਼ਰਨ ਵਿੱਚ ਆਇਆ, ਉਹਦੀ ਕਿਰਪਾ ਦਾ ਪਾਤਰ ਬਣਿਆ ਤੇ ਫਿਰ ਇਹ ਮੇਰੀ ਦਾਸੀ ਹੋ ਗਈ ਤੇ ਮੈਂ ਇਹ ਪਵ ਸਾਗਰ ਕਰ ਗਿਆ। ਆਓ ਦ੍ਰਿੜ ਕਰ ਲਈਏ ਆਪਣੇ ਯਤਨਾਂ ਨਾਲ ਨਹੀਂ, ਗੁਰੂ ਦੀ ਕਿਰਪਾ ਨਾਲ ਇਹ ਮਾਇਆ ਜਿੱਤੀ ਜਾ ਸਕਦੀ ਹੈ। ਕਾਮ ਕ੍ਰੋਧ ਲੋਭ ਮੋਹ ਹੰਕਾਰ ਵਸ ਵਿੱਚ ਹੋ ਸਕਦਾ ਜੇ ਪ੍ਰਭੂ ਦੀ ਬਖਸ਼ਿਸ਼ ਦੇ ਪਾਤਰ ਬਣੀਏ। ਤਰੀਕਾ ਗੁਰਮੁਖਾਂ ਦੀ ਸੰਗਤ ਵਿੱਚ ਉਹਦੇ ਗੁਣ ਗਾਈਏ, ਨਹੀਂ ਗਾਏ ਜਾਂਦੇ ਤੇ ਅਰਦਾਸ ਕਰੀ ਵੀ ਦਾਤਾ ਤੂੰ ਆਪ ਬਖਸ਼ਿਸ਼ ਕਰ ਸਾਡੇ ਵਸਤੋਂ ਇਹ ਸਭ। ਮਾਰ ਮਾਰ ਸਰਪ ਨੇ ਨਿਰਮਲ ਜਲ ਪੈਠੀ, ਮਾਰ ਮਾਰ ਸਰਪ ਨੇ ਨਿਰਮਲ ਜਲ ਪੈਠੀ, ਜਿਨ ਤ੍ਰਿਭਾਣ ਡਸੀਅਲ ਗੁਰ ਪ੍ਰਸਾਦ ਦੀਤੀ, ਜਿਨ ਤ੍ਰਿਭਾਣ ਡਸੀਅਲ ਗੁਰ ਪ੍ਰਸਾਦ ਦੀਤੀ, ਮਾਰਤਾ ਸਰਪਨੀ ਨਿਰਮਲ ਜਲ ਪੈਠੀ, ਮਾਰ ਸਰਪਨੀ ਨਿਰਮਲ ਜਲ ਪੈਠੀ, ਜਿਨ ਤ੍ਰਿਭਾਣ ਡਸੀਅਲ ਗੁਰ ਪ੍ਰਸਾਦ ਰੀਤੀ, ਜਿਨ ਤ੍ਰਿਭਾਣ ਗੁਰ ਪ੍ਰਸਾਦ ਦੀਤੀ, ਗੁਰ ਪ੍ਰਸਾਦ ਦੀਤੀ, ਗੁਰ ਪ੍ਰਸਾਦ ਦੀਤੀ, ਗੁਰ ਪ੍ਰਸਾਦ ਦੀ, ਗੁਰ ਪ੍ਰਸਾਦ ਦੀ, ਗੁਰ ਪ੍ਰਸਾਦ ਦੀ, ਗੁਰ ਪ੍ਰਸਾਦ ਦੀ, ਜਿਨ ਤ੍ਰਿਭਾਣ ਡਸੀਅਲ ਗੁਰ ਪ੍ਰਸਾਦ ਦੀਤੀ, ਜਿਨ ਤ੍ਰਿਭਾਣ ਡਸੀਅਲ ਗੁਰ ਪ੍ਰਸਾਦ ਦੀਤੀ, ਕਰੋ ਕਿਰਪਾ ਗੋਪਾਲ ਗੋਬਿੰਦ, ਕਰੋ ਕਿਰਪਾ ਗੋਪਾਲ ਗੋਬਿੰਦ, ਆਪਣਾ ਨਾਮ ਜਪਾਓ, ਆਪਣਾ ਨਾਮ ਜਪਾਓ, ਕਾਮ ਕ੍ਰੋਧ ਲੋਭ ਝੂਠ ਨਿੰਦਾ, ਕਾਮ ਕ੍ਰੋਧ ਲੋਭ ਝੂਠ ਨਿੰਦਾ, ਇਨ ਤੇ ਆਪ ਛਡਾਓ, 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 ਗੁਰ ਪ੍ਰਸਾਦ ਦੀਠੀ
गुर प्रसाद दीती 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 गुर प्रसाद गुर प्रसाद सर्पनीत ऊपर नहीं सर्पनीत ऊपर नहीं बलिया सर्पनीत ऊपर नहीं बलिया सर्पनीत ऊपर नहीं बलिया जिन ब्रह्मांगसन महादेव छलिया जिन ब्रह्मांगसन महादेव छलिया जिन ब्रह्मांगसन महादेव छलिया गुर प्रसाद दीती 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 गुर प्रसाद दी गुर प्रसाद दीती गुर प्रसाद दीती गुर प्रसाद दीती सर्पनी सर्पनी क्या कहूँ भाई 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 जिन साच पछानिया तिन सर्पनी आई जिन साच पछानिया तिन सर्पनी आई कहो नानक जिन हुक्म पछाता कहो नानक जिन हुक्म पछाता तित प्रग साहेब का तिन भेद जाता प्रग साहेब का तिन भेद जाता प्रग साहेब का तिन भेद जाता साहेब का तिन भेद जाता जिन साच पछानिया तिन सर्पनी खाई 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 मार मार सर्पनी निर्मल जल पैती मार मार सर्पनी
निर्मल जल तैठी मार मार सर्पनी निर्मल जल तैठी मार मार सर्पनी निर्मल जल पैठी मार मार निर्मल जल पैठी जिन ते भवन डसियल गुर प्रसाद दीती जिन ते भवन डसियल गुर प्रसाद सगल श्रेष्ठ को राजा दुखिया सगल श्रेष्ठ को राजा दुखिया सगल श्रेष्ठ को राजा दुखिया हर का नाम सुखिया जिन साथ पहचानिया इन सर्पनी खाई सर्पनी खाई अपने जतना नाल किसी ने सारी दुनिया का राज हासिल किया पर महाराज कहते ने यह सब करन तो बाद भी यह माया उन्हों अजे भी दसी ये दुखी है सगल सृष्ट को राजा दुखी अपने जतना नाल इन्हें सोचा भी मैं सारी दुनिया का राजपाठ इकट्ठा कर लवान फिर सुखी हो जाओ पर महाराज कहते ने इन्ने जतन करन तो बाद भी माया तो नहीं बच सकिया ते माया ने इन्हें फिर दसिया इस करके फिर किवें सुखी होया हर का नाम जपत होए जिन साग पछाणिया तिन सरपणी का उन्हें फिर दासी बनाया जिन्हें सच नू पछाणिया उन्हें फिर इस माया नू अपनी दासी बनाया बड़ी उरी कृपा नाल रब ने मेहर की उन्हें क्या भी नहीं हूँ इन्हू नहीं तंग करना यदी तू दासी बन के रह वो दासी बन के रह क्योंकि तो हुक्म यो हुक्म कर श्रेष्ठ उपाई ओके हुक्म माया है संसार बिरखो दो फल है बिख अमृत करतार उपाय नाम ते माया रब ने आप पैदा किया और इस संसार रूपी ब्रेख नू दोवें फल ला दिते सानू ऑप्शन दे दी भी तेरी मर्जी है जे ते माया दे चक्कर च फसना है ते माया दे चक्कर च फस जाए जे नाम अमृत पीना है ते माया तेरी दासी हो नहीं तां इह तैनू अपना दास बना के हुण सिलेक्शन तेरी है तू जो जो चूज करना कर लै मर्जी तेरी है लेकिन है दोनों ऑप्शन तेरे कोल अवेलेबल जे तू चाहना है भी माया तेरी दासी बन जाए तो ओदी कृपा का पात्र बन उन्हों ओदे हुक्म नू पछाण ओदे हुक्म नू जीवन में उतार नहीं उतारिया जाता टैप ऑफ शरण में आ जा आपे बख्शिश करेगा ये माया तेरी दासी जिन साथ पछाने तिन सरपनी खाई जिन साथ पछाने इन सर्पनी खाए जिन साथ पछाने इन सर्पनी खाए जिन साथ पछाने इन सर्पनी खाए सर्पनी ते आन छूछ नहीं आवरा सर्पनी ते आन छूच नहीं आवरा सर्पनी ते आन
सूच नहीं आवरा सर्पनी सूच नहीं आवरा सर्पनी जीती कहां करे जमरा सर्पनी जीती कहां करे जमरा सर्पनी जीती कहां करे जमरा धर्मराये आप कहां करे को धर्मराये कहां करे को जो फाटे ओ सब ला ले जो फाटे ओ सब ला ले धर्मराये दर कागद फाड़े धर्मराये दर कागद फाड़े जन नानक लेखा समझा जन नानक जीती कहां करे जमरा सर्पनी जीती कहां करे जमरा सर्पनी जीती कहां करे जमरा सर्पनी जीती कहां करे ए सर्पनी ताकी कीती होई ए सर्पनी ताकी कीती होई ए सर्पनी ताकी कीती होई ए सर्पनी कीर्ति माया करते आपे लाई माया करते आपे लाई ए सर्पनी ताकी कीर्ति हो बल अबल क्या इसते होई बल अबल क्या इसते होई बल अबल क्या इसते होई बल अबल क्या इसते अबल क्या इसते होई बल अबल क्या इसते होई बल बल अबल क्या इसते होई बल बल अबल क्या इसते साहब ने यह हौसला दिता के ए बिल्कुल खोखली है यदि कोई अपनी ताकत नहीं है तो रब दे सिर ते जोर पाउण दे ते जे रब इनू हुक्म कर देवे भी ना इत्थे जोर नहीं पाउणा यदि अपनी कोई ताकत नहीं बिल्कुल खोखली अंदर इहदे तो खोखला है ही कुछ नहीं
ਇਹ ਕੇਵਲ ਭਰਮ ਹੈ, ਦਿਖਾਵਾ ਹੈ, ਪਰ ਤਾਕਤਵਰ ਬੜੀ ਹੈ ਕਿਉਂਕਿ ਰੱਬ ਨੇ ਇਹਨੂੰ ਤਾਕਤ ਦਿੱਤੀ। ਰੱਬ ਜਦੋਂ ਇਹਨੂੰ ਕਹਿੰਦਾ ਵੀ ਨਹੀਂ ਇੱਥੇ ਜ਼ੋਰ ਨਹੀਂ ਪਾਉਣਾ, ਉੱਥੇ ਬਿਲਕੁਲ ਅਬਲ ਹੋ ਜਾਂਦਾ, ਇਹਨੂੰ ਕਿਸੇ ਚੀਜ਼ ਦੀ ਇਹਦੇ ਅੰਦਰ ਕੋਈ ਤਾਕਤ ਨਹੀਂ ਰਹਿੰਦੀ, ਇਹ ਬਿਲਕੁਲ ਨਿਮਾਣੀ ਨਿਤਾਣੀ ਹੋ ਜਾਂਦੀ। ਬਲ ਅਪਲ ਕਿਆ ਇਸ 'ਤੇ ਹੋਈ, ਇਹਦੇ 'ਤੇ ਇਹਦੇ ਅੰਦਰ ਕੋਈ ਤਾਕਤ ਨਹੀਂ, ਇਹ ਤਾਂ ਰੱਬ ਦੀ ਤਾਕਤ ਕਰਕੇ ਸਾਰਿਆਂ ਨੂੰ ਭਰਮਾਈ ਫਿਰਦੀ ਹੈ। ਰੱਬ ਨੇ ਇਹ ਆਪ ਲਾਈ, ਮਾਇਆ ਕਰਤੇ ਆਪੇ ਲਾਈ, ਇਹੋ ਹੁਕਮ ਕਰ ਸ੍ਰਿਸ਼ਟ ਉਪਾਈ। ਇਹ ਸਾਰੀ ਸ੍ਰਿਸ਼ਟੀ ਮਾਇਆ ਦੇ ਅਧੀਨ ਕਰ ਦਿੱਤੀ ਅਤੇ ਸਾਨੂੰ ਮਤ ਦੇ ਦਿੱਤੀ ਵੀ ਚਾਹੇ ਤਾਂ ਨਾਮ ਨੂੰ ਚੁਣ ਲੈ ਅਤੇ ਇਹ ਮਾਇਆ ਤੇਰੀ ਦਾਸੀ ਹੋ ਜਾਏਗੀ, ਨਹੀਂ ਤਾਂ ਮਾਇਆ ਤੇਰੇ 'ਤੇ ਸਰਕਾਰ ਬਣ ਕੇ ਹਕੂਮਤ ਕਰੇ। ਬਲ ਅਬਲ ਕਿਆ ਜਿਸ ਤੈ ਹੋਈ, ਬਲ ਅਬਲ ਕਿਆ ਜਿਸ ਤੈ ਹੋਈ, ਬਲ ਅਬਲ ਕਿਆ ਜਿਸ ਤੈ ਮਲ ਮਾਤ
ਬਿਮਲ ਮਤ ਸਦਾ ਸਰੀਰਾ ਦੇ ਬਿਮਲ ਮਤ ਸਦਾ ਸਰੀਰਾ ਸਹਿਜ ਸਹਿਜ ਗੁਣ ਰਵੈ ਕਬੀਰਾ ਸਹਿਜ ਸਹਿਜ ਗੁਣ ਰਵੈ ਕਬੀਰਾ ਗੁਰ ਪ੍ਰਸਾਦ ਸਹਿਜ ਕਰੇ ਕਬੀਰਾ ਗੁਰ ਪ੍ਰਸਾਦ ਸਹਿਜ ਕਰੇ ਕਬੀਰਾ ਗੁਰ ਪ੍ਰਸਾਦ ਸਹਿਜ ਕਰੇ ਕਬੀਰਾ ਗੁਰ ਪ੍ਰਸਾਦ ਸਹਿਜ ਕਬੀਰਾ ਗੁਰ ਪ੍ਰਸਾਦ ਸਹਿਜ ਕਰੇ ਕਬੀਰਾ ਗੁਰ ਪ੍ਰਸਾਦ ਸਹਿਜ ਕਰੇ ਕਬੀਰਾ ਗੁਰ ਪ੍ਰਸਾਦ ਸਹਿਜ ਗੁਰ ਪ੍ਰਸਾਦ ਸਹਿਜ ਕਰੇ ਕਬੀਰਾ ਗੁਰ ਪ੍ਰਸਾਦ ਸਹਿਜ ਕਰੇ ਕਬੀਰਾ ਗੁਰ ਪ੍ਰਸਾਦ ਸਹਿਜ ਕਰੇ ਕਬੀਰਾ ਪ੍ਰਸਾਦ ਸਹਿਜ ਕਰੇ ਕਬੀਰਾ ਗੁਰ ਪ੍ਰਸਾਦ ਸਹਿਜ ਕਰੇ ਨੱਕੋਂ ਕੱਟਿਆ ਕੱਟ ਕੁੱਟ ਕੇ ਮੈਨੂੰ ਉੱਧਰ ਸੁਣਿਆ ਹੁਣ ਇਹ ਮੇਰੇ ਵੱਸ ਵਿੱਚ ਹੋ ਗਈ ਮੇਰੇ ਸ਼ਰਮ ਵਿੱਚ ਆ ਗਈ ਕਿਉਂਕਿ ਗੁਰ ਪ੍ਰਸਾਦ ਸਹਿਜ ਕਰੇ ਕਬੀਰਾ ਗੁਰੂ ਦੀ ਬਖਸ਼ਿਸ਼ ਨਾਲ ਮਨ ਸਹਿਜ ਵਿੱਚ ਆ ਗਿਆ ਮਾਇਆ ਦਾ ਪਟਕਣਾ ਮੁੱਕ ਗਈ ਹੁਣ ਮਨ ਟਿਕਾਓ ਵਿੱਚ ਹੈ ਤੇ ਇਹ ਅਵਸਾਗਰ ਮੈਂ ਪਾਰ ਉੱਤਰ ਗੁਰ ਪ੍ਰਸਾਦ ਸਹਿਜ ਤਰੇ ਕਬੀਰਾ ਗੁਰ ਪ੍ਰਸਾਦ ਸਹਿਜ ਤਰੇ ਕਬੀਰਾ ਗੁਰ ਪ੍ਰਸਾਦ ਸਹਿਜ ਤਰੇ ਕਬੀਰਾ ਗੁਰ ਪ੍ਰਸਾਦੀ ਗੁਰ ਪ੍ਰਸਾਦ ਜੀ
Thank you.